ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਵੀ ਤੁਹਾਡਾ ਦਿਮਾਗ ਹਿਲਾ ਕੇ ਰੱਖ ਦਿੰਦੀਆਂ ਨੇ। ਸੋ ਇਹ ਜੀ ਇੱਕ ਥ੍ਰਿਲਰ ਅਵੇਲੇਬਲ ਆ ਗਈ ਨੈੱਟਫਲਿਕਸ ਦੇ ਉੱਤੇ। ਫਿਲਮ ਦਾ ਨਾਮ ਆ ਦਾ ਪਲੈਟਫਾਰਮ। ਫਿਲਮ ਦੀ ਸਟੋਰੀ ਦਾ ਥੀਮ ਕੁਝ ਇਸ ਤਰ੍ਹਾਂ ਵੀ ਲੋਕਾਂ ਨੂੰ ਕੈਦੀ ਬਣਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ। ਉਹ ਕੋਈ ਆਮ ਜੇਲ੍ਹ ਨਹੀਂ ਹੈਗੀ, ਵਰਟੀਕਲ ਸੈਲਜ਼ ਨੇ ਵੀ ਪਹਿਲੀ ਜੇਲ੍ਹ ਦੇ ਨੀਚੇ ਦੂਜੀ ਜੇਲ੍ਹ, ਦੂਜੀ ਜੇਲ੍ਹ ਦੇ ਨੀਚੇ ਤੀਜੀ ਜੇਲ੍ਹ, ਐਵੇਂ ਹੀ ਨੰਬਰ ਚੱਲਦੇ ਨੇ ਅਣਗਿਣਤ। ਉਹ ਸਾਰੀਆਂ ਜੇਲ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਇੱਕ ਕਾਮਨ ਹੋਲ ਦੇ ਥਰੂ। ਉਹ ਹੋਲ ਦੇ ਵਿੱਚੋਂ ਇੱਕ ਪਲੈਟਫਾਰਮ ਫੂਡ ਨੂੰ ਸਰਵ ਕਰਦਾ ਗਾ ਪਹਿਲੀ ਜੇਲ੍ਹ ਤੋਂ ਦੂਜੀ ਜੇਲ੍ਹ, ਦੂਜੀ ਜੇਲ੍ਹ ਤੋਂ ਤੀਜੀ ਜੇਲ੍ਹ ਦੇ ਵਿੱਚ। ਹਰ ਇੱਕ ਕੈਦੀ ਨੂੰ ਇਕੁਅਲ ਫੂਡ ਨਹੀਂ ਸਰਵ ਹੁੰਦਾ। ਜਿਹੜੇ ਕੈਦੀ ਨੇ ਪਹਿਲੇ ਫਲੋਰ ਦੇ ਨੇ ਜਿੰਨਾ ਖਾ ਲਿਆ ਐਂਡ ਬਾਕੀ ਲੈਫਟ ਓਵਰ ਫੂਡ ਆ ਉਹੀ ਦੂਜੀ ਜੇਲ੍ਹ ਨੂੰ ਜਾਊਗਾ। ਮਤਲਬ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਮਝ ਲੱਗ ਜੂ ਵੀ ਮੈਂ ਕਹਿਣਾ ਕੀ ਚਾਹ ਰਿਹਾ। ਫਿਲਮ ਦੀ ਕਹਾਣੀ, ਫਿਲਮ ਦੀ ਸਿਨੇਮੈਟੋਗ੍ਰਾਫੀ, ਫਿਲਮ ਦੇ ਵਿੱਚ ਕਰੈਕਟਰ, ਫਿਲਮ ਦੇ ਕੁਝ ਸੀਨਸ,